ਬੋਲੋ ਬੇਟੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਆਪ ਜੀ ਸਰਬੱਤ ਸੰਗਤਾਂ ਨੂੰ ਜੋ ਇਹ ਵੀਡੀਓ ਦੇਖ ਰਹੇ ਹਨ ਜਾਂ ਜੋ ਅਕਾਲ ਅਕੈਡਮੀ ਰਤਾ ਖੇੜਾ ਫਿਰੋਜ਼ਪੁਰ ਦੇ ਨਾਲ ਜੁੜੇ ਹਨ ਜੋ ਗੁਰੂ ਸਾਹਿਬ ਵੱਲੋਂ ਸ਼੍ਰੀਮਾਨ ਸੰਤ ਬਹਾਦਰ ਸਿੰਘ ਜੀ ਮਸਤੂਆਣਾ ਸਾਹਿਬ ਉਹਨਾਂ ਦੇ ਆਸ਼ੀਰਵਾਦ ਦੁਆਰਾ ਜੋ ਸੰਸਥਾ ਅਕਾਲ ਅਕੈਡਮੀ ਬੜੂ ਸਾਹਿਬ ਵੱਲੋਂ ਚਲਾਈ ਜਾ ਰਹੀ ਹੈ ਸੋ ਉਸਦੇ ਜੋ ਵਿੱਚ ਮਹਾਰਾਜ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਵੱਲੋਂ ਮਾਤਾ ਢੋਲੀ ਦੀ ਸਕੀਮ ਚਲਾਈ ਗਈ ਹੈ ਜਿਸ ਦੇ ਵਿੱਚ ਮੇਰੀ ਬੱਚੀ ਨਿਰਮਲਪ੍ਰੀਤ ਕੌਰ ਜਿਸਦਾ ਐਡਮਿਸ਼ਨ ਨੰਬਰ 570 ਜੋ ਚੌਥੀ ਕਲਾਸ ਵਿੱਚ ਹੋ ਗਈ ਹੈ ਜੋ 5-6 ਸਾਲ ਤੋਂ ਮਾਤਾ ਢੋਲੀ ਜੀ ਸਕੀਮ ਦੁਆਰਾ ਜੋ ਫਰੀ ਵਿੱਦਿਆ ਦਿੱਤੀ ਜਾ ਰਹੀ ਹੈ ਗੁਰਸਿੱਖ ਪਰਿਵਾਰਾਂ ਨੂੰ ਜੋ ਸ਼ਡਿਊਲ ਕਾਸਟ ਪਰਿਵਾਰ ਜੋ ਗੁਰਸਿੱਖੀ ਨੂੰ ਬਿਲੋਂਗ ਕਰਦੇ ਉਹਨਾਂ ਨੂੰ ਇਹ ਸਹਾਇਤਾ ਦਿੱਤੀ ਜਾ ਰਹੀ ਹੈ ਸੋ ਮੈਂ ਬੇਨਤੀ ਕਰਦਾ ਕਿ ਮੈਂ ਇਸ ਸੰਸਥਾ ਤੋਂ ਬਹੁਤ ਖੁਸ਼ ਹਾਂ ਇਸ ਸਕੀਮ ਤਹਿਤ ਮੇਰੇ ਬੱਚੀ ਜੋ ਕਿ ਮੈਂ ਗਰੀਬ ਹੋਣ ਦੇ ਨਾਤੇ ਨਹੀਂ ਸੀ ਪੜ੍ਹਾ ਸਕਦਾ ਪਰ ਮੈਨੂੰ ਇਸ ਜੋ ਇੱਥੋਂ ਦੇ ਟੀਚਰ ਸਾਹਿਬਾਨ ਨੇ ਪ੍ਰਿੰਸੀਪਲ ਸਾਹਿਬਾਨ ਨੇ ਉਹਨਾਂ ਦੇ ਸਹਿਯੋਗ ਨਾਲ ਪਤਾ ਲੱਗਾ ਕਿ ਇਹ ਜੋ ਸਕੀਮ ਹੈ ਗਰੀਬ ਗੁਰਸਿੱਖ ਪਰਿਵਾਰਾਂ ਦੇ ਲਈ ਹੈ ਸੋ ਇਸ ਕਰਕੇ ਮੇਰੀ ਬੱਚੀ ਵੀ ਇੱਥੇ ਜੋ ਫਰੀ ਵਿੱਦਿਆ ਹੈ ਮਾਤਾ ਢੋਲੀ ਸਕੀਮ ਦੁਆਰਾ ਪ੍ਰਾਪਤ ਕਰ ਰਹੀ ਹੈ ਸੋ ਸਮੇਂ ਸਮੇਂ ਦੇ ਦੁਆਰਾ ਟੀਚਰਾਂ ਵੱਲੋਂ ਔਨਲਾਈਨ ਪੇਪਰ ਲਏ ਜਾ ਰਹੇ ਆ ਜੋ 22 ਮਾਰਚ ਤੋਂ ਲੋਕਡਾਊਨ ਲੱਗਾ ਉਹਦੇ ਵਿੱਚ ਬਹੁਤ ਸੋਹਣਾ ਟੀਚਰਾਂ ਵੱਲੋਂ ਸਮੇਂ ਸਮੇਂ 'ਤੇ ਬੱਚਿਆਂ ਨੂੰ ਔਨਲਾਈਨ ਰੀਮੇਡ ਪੇਪਰ ਜੂਮ ਦੀਆਂ ਕਲਾਸਾਂ ਹੋਮਵਰਕ ਰੋਜ਼ਾਨਾ ਜੋ ਹਾਜ਼ਰੀ ਲੱਗਦੀ ਔਨਲਾਈਨ ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਔਨਲਾਈਨ ਪੜ੍ਹਾਈ ਹੋ ਰਹੀ ਹੈ ਸੋ ਮੈਂ ਬੇਨਤੀ ਕਰਦਾ ਕਿ ਜਿੰਨਾ ਵੀ ਗੁਰਸਿੱਖ ਪਰਿਵਾਰਾਂ ਦੇ ਜਾਂ ਹੋਰ ਗੈਰ ਗੁਰਸਿੱਖ ਪਰਿਵਾਰਾਂ ਦੇ ਬੱਚੇ ਜੋ ਅਕੈਡਮੀ ਵਿੱਚ ਪੜ੍ਹਦੇ ਆ ਬੜੇ ਮਾਣ ਦੀ ਗੱਲ ਹੈ ਕਿ ਅਸੀਂ ਸਿੱਖੀ ਦੇ ਨਾਲ ਜੁੜੇ ਹੋਏ ਹਾਂ ਅਤੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਜੋ ਗੁਰਬਾਣੀ ਆ ਉਹਦੇ ਨਾਲ ਜੁੜਿਆ ਜਾ ਰਿਹਾ ਅਤੇ ਵੱਧ ਤੋਂ ਵੱਧ ਮੈਂ ਅਪੀਲ ਵੀ ਕਰਦਾ ਕਿ ਜੋ ਵੀ ਇਹ ਗੁਰਸਿੱਖ ਪਰਿਵਾਰ ਗਰੀਬ ਪਰਿਵਾਰ ਜੋ ਇਹ ਸੰਸਥਾ ਦਾ ਜੋ ਫਾਇਦਾ ਲੈਣਾ ਚਾਹੁੰਦੇ ਹਨ ਅਕਾਲ ਅਕੈਡਮੀ ਰੱਤਾ ਖੇੜਾ ਬੜੂ ਸਾਹਿਬ ਜੋ ਟਰੱਸਟ ਵੱਲੋਂ ਚਲਾਈ ਜਾ ਰਹੀ ਹੈ ਮਾਤਾ ਢੋਲੀ ਸਕੀਮ ਰਾਹੀਂ ਉਹਦਾ ਫਾਇਦਾ ਲੈ ਸਕਦੇ ਹਨ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੋੜ ਕੇ ਅਤੇ ਜੋ ਫਰੀ ਮਾਤਾ ਢੋਲੀ ਜੀ ਸਕੀਮ ਦੇ ਦੁਆਰਾ ਬੱਚਿਆਂ ਨੂੰ ਪੜ੍ਹਾਈ ਦਿੱਤੀ ਜਾ ਰਹੀ ਹੈ CBSE ਬੋਰਡ ਦੀ ਸੋ ਪ੍ਰਾਪਤ ਕਰ ਸਕਦੇ ਹਨ ਮੈਂ ਸਮੂਹ ਜੋ ਇੱਥੇ ਟੀਚਰ ਸਾਹਿਬਾਨ ਨੇ ਪ੍ਰਿੰਸੀਪਲ ਸਾਹਿਬਾਨ ਸ਼੍ਰੀਮਤੀ ਗੁਰਸ਼ਰਨ ਕੌਰ ਜੀ ਸਮੂਹ ਮਤਲਬ ਸਟਾਫ ਸਾਰਿਆਂ ਦਾ ਧੰਨਵਾਦ ਹਾਂ ਅਤੇ ਧੰਨਵਾਦ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਤੇ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦਾ ਭੂਟਾਨ ਭੂਟਾਨ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ